आकाश वाणी कावरां विकास शर्मा को लुगा जम्मू कश्मीर च पहले गेड दे असेंबली चुनावें ਲਈ ਮੈਦਾਨ ਕੱਲ ਪੂਰੀ ਰਮਾਨਦਾਰੀ ਕਰਨੇ ਸੰਭਵ ਹੋਆ ਪਰਦੇਸ਼ ਚ ਪਿਛਲੇ 35 ਬਰਿਆਂ ਦੌਰਾਨ ਉਹਦਾ ਇਹ ਸਭ ਨੇ ਸ਼ਾਮਲਤਾ ਮਦਦਾਂ ਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਜੰਮੂ ਕਸ਼ਮੀਰ ਚ ਅਸੈਂਬਲੀ ਚੁਣਾਈ ਲਈ ਪ੍ਰਚਾਰ ਕੀਤੇ ਅੱਜ ਸ਼ੇਰਨਗਰ ਤੇ ਫੀ ਕਟੜਾ ਚ ਚੋਣਵੀ ਰੈਲੀ ਕਰੰਗਣ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਮਾਧਿਆਪਰਦੇਸ਼ ਦੇ ਆਪਣੇ ਦੌਰੇ ਦੇ ਦੂਏ ਥਿਆੜੇ ਅੱਜ ਉਜੈਨ ਪੁੱਜਗਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਥ ਰੈਡੀ ਹੋ ਰਹੇ ਭਲਿਆਂ ਲੋਕੇ ਲੋਕੇ ਤੇ ਦਰਮਿਆਨੇ ਦਰਜੇ ਦੇ ਉਦਮੇ ਸਰਵੰਦੀ ਨਵੀਂ ਐਮ ਐਸ ਐਮਈ ਨੀਤੀ 2024 ਕੀ ਸ਼ੁਰੂ ਕਰਵਾਇਆ ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸ਼੍ਰੇਨਖਲਾ ਦਾ ਪਹਿਲਾ ਮੈਚ ਅੱਜ ਥਾਵਾਂ 'ਚ ਨਹੀਂ ਚ ਸ਼ੁਰੂ ਹੋਗੂਨ ਕਵਰਾਂ ਤਫਸੀਲ ਕਰਨੇ ਜੰਮੂ ਕਸ਼ਮੀਰ 'ਚ ਕੱਲ ਉਹ ਦੇ ਅਸੈਂਬਲੀ ਚੁਣਾਈ ਦੇ ਪਹਿਲੇ ਗੇੜ ਤਹਿਤ ਕਾਠ ਫਿਸ਼ਦ ਸ਼ਾਮਤਾ ਮਦਾਨ ਦਰਜ ਕੀਤਾ ਗਿਆ ਜਿਹੜਾ ਪਿਛਲੇ 35 ਬਰਿਆਂ ਦੌਰਾਨ ਉਹਦਾ ਸਭਨੇ ਸ਼ਾਮਤਾ ਮਦਾਨ ਹੈ ਪ੍ਰਦੇਸ਼ ਦੇ 7 ਜ਼ਿਲ੍ਹੇ ਰਾਮਬਨ ਡੋਡਾ ਖਿਸਤਵਾੜ ਪੁਲਵਾਮਾ ਸ਼ੋਪੇਈਆਂ ਕੁਲਗਾਮ ਅਨੰਤਨਾਗ ਦੇ ਸਭ ਨੇ 24 ਅਸੈਂਬਲੀ ਹਲਕਿਆਂ ਚ મતદાન ਪੂਰੀ ਰਮਾਨਦਾਰੀ ਕਰਨੇ ਸੰਪੰਨ ਹੋ ਆਇਆ ਚੋਣ ਆਯੋਗ ਨੇ ਆਖਿਆ ਜੇ મતદાન ਕੇਂਦਰਾਂ ਉਪਰ ਮਿਲਾਏ ਤੇ ਨੌਜਵਾਨੇ ਦੀ ਬੜੀ ਮਤੀ ਇਸੇਦਾਰੀ ਦਿਖਣੇ ਕੀ ਲੱਭੀ ਜਿਹੜੀ ਪ੍ਰਦੇਸ਼ੀ ਚ ਲੋਕਤੰਤਰ ਦੀ ਮਜ਼ਬੂਤੀ ਕੀ ਵੀ ਦਰਸਾਉਂਦੀ ਹੈ ਮਦਦਾਤਾਇ ਵਹਿਸ਼ਕਾਰ ਤੇ ਇਨਸਾਦ ਦੇ ਖਿਲਾਫ ਰੂਹ ਸਾਫ ਕਰਦੇ ਹੋਈ ਚੋਣਾਂ ਚ ਪੂਰੇ ਜੋਸ਼ ਕੰਨੇ ਇਸਾ ਲਹਿਤਾ ਮદાન ਕੇਂਦਰਾਂ ਉਪਰ ਬੂਡ ਪਾਣੇ ਆਲੀਆਂ ਦੀਆਂ ਲੰਮੀ ਲੰਮੀ ਰੀਂਗਾਂ ਦੁਨੀਆ ਦੀ ਜੰਮੂ ਕਸ਼ਮੀਰ ਦੇ ਲੋਕਾਂ ਦੀ ਲੋਕਤਾਂਤ੍ਰਿਕ ਪ੍ਰਕਿਰਿਆ 'ਚ ਗੈਰੀ ਆਸਤਾ ਤੇ ਭਰੋਸੇ ਦੀ ਦੱਸੀ ਦਿੱਤਾ ਹੈ ਜੰਮੂ ਕਸ਼ਮੀਰ 'ਚ ਅਸੈਂਬਲੀ ਚੁਣਾਈ ਲਈ ਪ੍ਰਚਾਰ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅੱਜ ਕਸ਼ਮੀਰ 'ਚ ਇੱਕ ਚੋਣਵੀ ਰੈਲੀ ਅੱਗੇ ਭਾਸ਼ਣ ਦੇੰਗਣ ਉਹ ਅੱਜ ਬੜਲੇ ਕਸ਼ਮੀਰ ਚ ਤੇ ਫੀ ਦਪੈਰੀ ਮਗਰਾ ਜੰਮੂ ਸੰਭਾਗ ਦੇ ਕਟੜਾ ਚ ਸ਼੍ਰੀ ਮਾਤਾ ਵੈਸ਼ਨੂ ਦੇਵੀ ਯਾਤਰਾ ਦੇ ਆਧਾਰ ਸ਼ਿਵਰੀ ਚ ਚੁਣਾਵੀ ਰੈਲੀ ਗਈ ਸੰਬੋਧਿਤ ਕਰਨਗਣ ਇਹਦੇ ਸ਼ਾ ਪਹਿਲੇ ਪ੍ਰਧਾਨ ਮੰਤਰੀ ਉਰੇ ਡੋਡਾ ਚ ਇੱਕ ਰੈਲੀ ਕੀਤੀ ਹੀ ਜਿੱਥੇ ਉਹਨੇ ਪਿਛਲੇ ਕਈ ਬਰੇ ਦੇ ਦੌਰਾਨ ਜੰਮੂ ਕਸ਼ਮੀਰ ਚ ਕੇਂਦਰ ਸਰਕਾਰ ਦੇ ਵਿਕਾਸ ਯਤਨਾਂ ਤੇ ਉਪਲਬਧੀਆਂ ਉੱਪਰ ਲੋਕ ਪਾਈ ਹੀ ਜੰਮੂ ਕਸ਼ਮੀਰ ਚ 90 ਵਿਧਾਨ ਸਭਾ ਸੀਟਾਂ ਆਸਤੇ ਤਰ੍ਹਾਂ ਗੇੜੇ 'ਚ ਚੋਣਾਂ ਕਰਵਾਏ ਜਾਕਰ ਦਿਨ 24 ਅਸੈਂਬਲੀ ਸੀਟਾਂ ਲਈ ਪਹਿਲੇ ਗੇੜ ਦਾ ਮੈਦਾਨ ਕੱਲ ਕਾਮਯਾਬੀ ਕੰਨੇ ਸੰਪੰਨ ਹੋਆ ਇਸ ਗੇੜ 'ਚ 64% ਕੋਲਾ ಮತਦਾਤਾ ਦਰਜ ਕੀਤਾ ਗਿਆ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਮੱਧ ਪ੍ਰਦੇਸ਼ ਦੇ ਆਪਣੇ ਦੌਰੇ ਦੇ ਦੂਏ ਦਿਨ ਅੱਜ ਉਜੈਨ ਪੂਜਨ ਸਾਡੇ ਸੰਵਾਦਾਤਾ ਦੀ ਰਿਪੋਰਟ ਮੁਜੇਬ ਰਾਸ਼ਟਰਪਤੀ ਸਫਾਈ ਮਿੱਤਰੀ ਕੰਨੇ ਗੱਲਬਾਤ ਕਰਨਗਣ ਤੇ ਉਜੈਨ ਵਿੱਚ ਅਜੋਜਿਤ ਸਫਾਈ ਮਿੱਤਰ ਸਮੇਲਨ ਚ ਵੀ ਹਿੱਸਾ ਲੈੰਗਣ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਉਜੈਨ ਇੰਦੋਰ 6 ਲੈਣੀ ਸ਼ਿਰਕ ਪ੍ਰੋਜੈਕਟ ਦੇ ਭੂਮੀ ਪੂਜਨ ਕਾਰਜਕ੍ਰਮ ਚ ਮੁੱਖ ਪਰੋਨੇ ਦੇ ਤੌਰ 'ਤੇ ਵਰਚੂਲ ਟੰਗਾ ਕੰਨੇ ਹਿੱਸਾ ਲੈੰਗਣ ਰਾਸ਼ਟਰਪਤੀ ਉਹ ਸਵਸ਼ਤਾ ਮਿੱਤਰਾਂ ਦੀ ਪ੍ਰਮਾਨ ਪੱਤਰ ਬਣਗਣ ਸ਼੍ਰੀ ਮਹਾਕਾਲੇਸ਼ਵਰ ਮੰਦਿਰ ਦਾ ਦੌਰਾ ਲਾਣੇ ਦੇ ਮਗਰਾ ਰਾਸ਼ਟਰਪਤੀ ਹਰੀ ਸਵਸ਼ਤਾ ਹੀ ਸੇਵਾ ਪਖਵਾੜਾ ਤਹਿਤ ਮੰਦਰ ਪ੍ਰਿਸਰਿਚ ਸ਼ਰਮਦਾਨ ਕਰਨਗਣ ਰਾਸ਼ਟਰਪਤੀ ਉਹ ਸ਼੍ਰੀ ਮਹਾਕਾਲ ਲੋਕ ਦਾ ਦੌਰਾ ਕਰਨਗਣ ਤੇ ਪ੍ਰਿਸਰਿਚ ਕੰਮ ਕਰਨੇ ਆਲੇ ਦਸਤਕਾਰੇ ਕੰਨੇ ਵੀ ਗੱਲਬਾਤ ਕਰਨਗਣ ਮੱਧ ਪ੍ਰਦੇਸ਼ ਦੇ ਆਪਣੇ ਦੌਰੇ ਦੇ ਅਖੀਰੀ ਗੇੜ 'ਚ ਰਾਸ਼ਟਰਪਤੀ ਔਰ ਇੰਦੋਰ 'ਚ ਦੇਵੀ ਅਹਲਿਆ ਵਿਸ਼ਵ ਵਿਦਿਆਲੇ ਦੇ ਦੀਕਸ਼ਾਂਤ ਸਮਾਰੋਹ ਇਸਾ ਲੰਗਨ ਪੱਛਮ ਬੰਗਾਲ 'ਚ ਜੂਨੀਅਰ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਅਜੇ ਜਾਰੀ ਰੋਗ ਤੇ ਉਹ ਕੰਮੇ ਉੱਪਰ ਨਹੀਂ ਪਰਤੋਂਗਨ ਕਿ ਜੇ ਨੰਬਨਾਚ ਸਥਿਤ ਰਾਜ ਸਚਿਵਾਲੇ ਚ ਮੁੱਖ ਸਚਿਵ ਉੰਦੀ ਪ੍ਰਧਾਨਤਾ ਚ ਉਹੀ ਦੀ ਬੈਠਕ ਇਚ ਕੋਈ ਸਮਝੌਤਾ ਨਹੀਂ ਹੋਈ ਸਕਿਆ ਜੂਨੀਅਰ ਡਾਕਟਰ ਸੇਤ ਸਚਿਵ ਉਹ ਰਹੀਗੀ ਅਟਾਣੇ ਤੇ ਆਰਜੀ ਕਰ ਹਸਪਤਾਲ ਇਚ ਬਲਤਕਾਰ ਤੇ ਅਤਿਆ ਮਾਮਲੇ ਚ ਅਨੁਸ਼ਾਸਨਾਤਮਕ ਕਾਰਵਾਈ ਦੀ ਮੰਗ ਕਰਾ ਕਰਦੇਨ ਉਹਦਾ ਆਖਣਾ ਹੈ ਜੇ ਰਾਜ ਸਰਕਾਰੇ ਇਹਨੇ ਮੁੱਦੇ ਉਪਰ ਕੋਈ ਆਸ਼ਵਾਸਨ ਨਹੀਂ ਦਿੱਤਾ ਹੈ ਇਹ ਖਬਰਾਂ ਤੁਸ ਆਕਾਸ਼ਵਾਨੀ ਉਪਾਰਾ ਸੁਣਾ ਕਰਦੇ ਹੋ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਥ ਰੈਡੀ ਹੋਰੇ ਇੱਕ ਨਵੀਂ ਐਮ ਐਸ ਐਮਈ ਨੀਤੀ 2024 ਸ਼ੁਰੂ ਕੀਤੀ ਹੈ ਤਾਂ ਜੇ ਮੁਖ ਤੌਰਾ ਉਪਰ ਭਲਿਆਂ ਲੋਕੇ ਲੋਕੇ ਤੇ ਦਰਮਿਆਨੇ ਦਰਜੇ ਦੇ ਉਦਮੀਗੀ ਪੇਸ਼ ਆਉਣੇ ਆਲੀ ਛੇ ਮੁੱਖ ਚੁਣੌਤੀਆਂ ਕੰਨੇ ਨਿਬੜਨੇ ਲਈ ਇੱਕ ਨਵੀਂ ਐਮ ਐਸ ਐਮਈ ਨੀਤੀ 2024 ਸ਼ੁਰੂ ਕੀਤੀ ਹੈ ਇਸ ਨੀਤੀ ਚ ਪੰਜੇ ਬਰੇ ਚ 4000 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ ਉਪੂ ਮੁੱਖ ਮੰਤਰੀ ਮੱਲੂ ਭੱਟੀ ਵਿਕਰਮ ਮਾਰਕਾ ਤੇ ਸੂਚਨਾ ਤੇ ਪ੍ਰਯੋਗ ਕੀ ਮੰਤਰੀ ਡੀ ਸ਼ਰੀਦਰ ਬਾਬੂ ਉਂਦੇਕਨ ਨੇ ਮੁੱਖ ਮੰਤਰੀ ਰੇਵੰਥ ਰੇਡੀ ਉਹ ਰੇ ਕੱਲ ਹਦਰਾਬਾਦ ਵਿੱਚ ਇਸ ਨੀਤੀ ਦਾ ਉਪਚਾਰਿਕ ਸ਼ੁਭ ਆਰੰਭ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਦੇਸ਼ਾ ਚ ਕਿੱਥੇ ਚੋਨਾ ਕਰਵਾਉਣੇ ਉਪਰ ਉੱਚ ਸਤਰੀ ਕਮੇਟੀ ਦੀਆਂ ਸਿਫਾਰਸ਼ਾਂ ਕੀ ਮੰਤਰੀ ਮੰਡਲ ਅੱਜ ਸੇ ਆ ਮਨਜ਼ੂਰ ਕਰਨਾ ਭਾਰਤੀ ਲੋਕਤੰਤਰ ਕੀ ਲੋਕਾਂ ਦੀ ਔਰ ਮਤੀ ਹਿੱਸੇਦਾਰੀ ਆਲਾ ਤੇ ਜੀਵੰਤ ਬਣਾਉਣੇ ਦੀ ਦਿਸ਼ਾ ਚ ਇੱਕ ਮਹੱਤਵਪੂਰਨ ਗੈ ਹੈ ਸੋਸ਼ਲ ਮੀਡੀਆ ਦੀ ਇੱਕ ਪੋਸਟ ਚ ਸ਼੍ਰੀ ਮੋਦੀ ਹੋਰੇ ਇਸ ਯਤਨ ਦੀ ਅਗਵਾਈ ਕਰਨੇ ਤੇ ਵਖ ਵਖ ਸਰਵੰਦੇਤ ਧੜੇ ਕੰਨੇ ਸਲਾਹ ਸੂਤਰ ਕਰਨ ਲਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਉੰਦੀਸਰਾਣਾ ਕੀਤੀ ਇਹ ਦੇਸ਼ ਆ ਪਹਿਲੇ ਪ੍ਰਧਾਨ ਮੰਤਰੀ ਉੰਦੀ ਅਗਵਾਈ ਹਲੇ ਕੇਂਦਰੀ ਮੰਤਰੀ ਮੰਡਲ ਨੇ ਸ਼੍ਰੀ ਕੋਵਿੰਦ ਉੰਦੀ ਪ੍ਰਧਾਨਤਾ ਵਾਲੇ ਪੈਨਲ ਆਸਿਆ ਸਫਾਰਿਸ਼ ਕੀਤੇ ਗਏ ਦੇ ਇੱਕ ਰਾਸ਼ਟ ਇੱਕ ਚੋਣ ਸਰਵੰਧੀ ਪ੍ਰਸਤਾਵ ਦੀ ਮਨਜ਼ੂਰੀ ਦੇ ਦਿੱਤੀ ਹੀ ਕੈਬਨਿਟ ਦੀ ਬੈਠਕ ਪ੍ਰੰਤ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਹੋਰੇ ਦੱਸਿਆ ਜੇ ਇੱਕ ਰਾਸ਼ਟ ਇੱਕ ਚੋਣ ਆਲੀ ਪਹਿਲ ਕਦਮੀ ਦੀ ਦੋਂ ਚਰਨੇ 'ਚ ਲਾਗੂ ਕੀਤਾ ਜਾਗ ਪਹਿਲੇ ਗੇਟ ਤਾਤ ਲੋਕ ਸਭਾ ਤੇ ਵਿਧਾਨ ਸਭਾ ਦੇ ਚੋਣਾਂ ਕਰਵਾਏ ਜਾਣਨ ਤੇ ਇੰਦੇ 100 ਦਿਨ ਦੇ ਅੰਦਰ ਅੰਦਰ ਮਕਾਮੀ ਨਿਕਾਏ ਦੇ ਚੋਣ ਉੰਗਨ ਚੌ ਦਿਨੇ ਤੋਂ ਹੀ ਚੱਲਨੇ ਆਲਾ ਕਾਰਜਕ੍ਰਮ ਵਰਲਡ ਫੂਡ ਇੰਡਆ 2024 ਅੱਜੇ ਥਾਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ੁਰੂ ਹੋਆ ਕਰਦਾ ਹੈ ਖਾਣੇ ਪੀਣੇ ਵਾਲੀਆਂ ਚੀਜ਼ਾਂ ਦੀ ਡੱਬਾ ਬੰਦ ਕਰਨ ਦੀ ਸਰਵੰਦੀ ਉਦਯੋਗ ਦੇ ਮੰਤਰਾਲੇ ਨੇ ਦੱਸਿਆ ਹੈ ਜੇ 90 ਸ਼ਾਮਤੇ ਮੁਲਖ 26 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਣੇ 18 ਕੇਂਦਰੀ ਮੰਤਰਾਲੇ ਇਸ ਕਾਰਜਕ੍ਰਮ 'ਚ ਇਸਾ ਲੰਗਨ ਜਪਾਨ ਇਹਦਾ ਭਾਗੀਦਾਰ ਮੁਲਖ ਹੈ ਜਦਕਿ ਵਿਏਟਨਾਮ ਤੇ ਈਰਾਨ ਉੱਪਰ ਖਾਸ ਧਿਆਨ ਕੇਂਦ੍ਰਿਤ ਰੋਗ ਇਸ ਕਾਰਜਕ੍ਰਮ ਦਾ ਲਕਸ਼ ਖਾਣੇ ਪੀਣੇ ਵਾਲੀਆਂ ਚੀਜ਼ਾਂ ਦੀ ਡੰਬਾ ਬੰਦ ਕਰਨੇ ਸੰਬੰਧੀ ਖੇਤਰੀ ਚ ਨਵੀਆਂ ਕਾਢਾਂ ਟੈਕਨੋਲੋਜੀ ਤੇ ਟਿਕਾਊ ਵਿਕਾਸ ਦੀ ਯਕੀਨੀ ਬਣਾਉਣਾ ਹੈ ਉਦਘਾਟਨ ਸਮਾਰੋਹ ਕਿੰ데요 ਮੰਤਰੀ ਪ੍ਰਲਹਾਦ ਜੋਸ਼ੀ ਚਿਰਾਗ ਪਾਸਵਾਨ ਤੇ ਰਾਜ ਮੰਤਰੀ ਖੰਨੀਤ ਸਿੰਘ ਬਿੱਟੂ ਵੀ ਸ਼ਾਮਲ ਉੰਗਣ ਕੇਂਦਰੀ ਗ੍ਰਿਹ ਤੇ ਸਕਾਰਤਾ ਮੰਤਰੀ ਅਮਿਤ ਸ਼ਾਹ ਔਰ ਇੱਕ ਰਾਸ਼ਟਰੀ ਸਮੇਲਨ ਦੀ ਅੱਜ ਨਵੀਂ ਦਿੱਲੀ ਚ ਸੰਬੋਧਿਤ ਕਰਨਗਣ ਇਹ ਸਮੇਲਨ ਮੋਦੀ ਸਰਕਾਰ ਦੇ ਤ੍ਰਿਏ ਕਾਰਜਕਾਲ ਐਟ ਸਹਿਕਾਰਤਾ ਮੰਤਰਾਲੇ ਆਸਿਆ 100 ਦਿਨੇ ਅੰਦਰ ਕੀਤੀ ਗਈ ਦੀ ਪਹਿਲ ਕਦਮੀਆਂ ਉਪਰ ਅਜੂਜੀਤ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਿਤ ਸ਼ਾਹ ਹੋਰੇ ਆਖਿਆ ਜੇ ਮੋਦੀ ਉੰਦੇ ਤ੍ਰਿਏ ਕਾਰਜਕਾਲ ਦੇ ਪਹਿਲੇ 100 ਦਿਨੇ ਚ ਸਹਿਕਾਰਤਾ ਖੇਤਰ ਵਿੱਚ ਕਈ ਗੈਂਪ ਪੁੱਟੀਆਂ ਗਈਆਂ ਨੇ ਜਿਦੇ ਕਨੇ ਨਵੀਂ ਰਫਤਾਰ ਤੇ ਮਜ਼ਬੂਤੀ ਕਨੇ ਦੇਸ਼ਾ ਦੇ ਸਹਿਕਾਰਤਾ ਤੰਤਰ ਕੀ ਅਗਰਾ ਬਦਨੇ ਮਠੋਨੇ ਚ ਮਦਦ ਹੋਗ ਮੰਤਰੀ ਨੇ ਅੱਗੇ ਆਖਿਆ ਜੇ ਉਹ ਰਾਸ਼ਟਰੀ ਸੰਮੇਲਨ ਵਿੱਚ ਇਹਨਾਂ ਪਹਿਲ ਕਦਮੀਆਂ ਉੱਪਰ ਚਰਚਾ ਕਰਨਗਣ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਚੌਂ ਬਰੇ ਵਿੱਚ ਪਹਿਲੀ ਵਾਰੀ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਉਧਾਰ ਦਰ 0.5 ਫੀਸਦ ਅੰਕ ਘਟੀ ਇਹ 4.75 ਥਾਵਾਂ 5 ਫੀਸਦ ਦੇ ਦਾਰੇ ਵਿੱਚ ਆਈ ਗਈ ਹੈ ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਮੈਚਾਂ ਦੀ ਟੈਸਟ ਸ਼੍ਰੇਣੀ ਦਾ ਪਹਿਲਾ ਮੈਚ ਅੱਜ ਚੇਨਈ ਦੇ ਐਮ.ਏ. ਚਿਦਬਰਮ ਸਟੇਡੀਅਮ ਵਿੱਚ ਖੇਡਿਆ ਜਾਗ ਗੋਤਮ ਗੰਬੀਰ ਹੁੰਦੇ ਭਾਰਤੀ ਟੀਮ ਦਾ ਕੋਚ ਬਣਨੇ ਦੇ ਮਗਰਾ ਭਾਰਤ ਲਈ ਇਹ ਪਹਿਲੀ ਟੈਸਟ ਸ਼੍ਰੇਣੀ ਹੈ ਬੰਗਲਾਦੇਸ਼ ਨੇ ਹਾਲ ਚਿਰ ਆਪਣੀ ਸਰਜ਼ਮੀਂ ਉੱਪਰ ਪਾਕਿਸਤਾਨ ਥਾਂ ਟੈਸਟ ਸ਼੍ਰੇਣੀ ਦੀ ਦੂਸਰ ਕਰਨੇ ਜਿੱਤ ਹਾਸਲ ਕਰੀਏ ਇਤਿਹਾਸ ਰਚੀ ਦਿੱਤਾ ਹ ਤੇ ਇਸੀ ਦਿਗਦੇ ਹੋਈ ਉਹਦੇ ਹੌਸਲੇ ਬੁਲੰਦਨ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪ੍ਰਤੀ ਸੁਣੀ ਲਓ ਜੰਮੂ ਕਸ਼ਮੀਰ ਚ ਪਹਿਲੇ ਗੇੜ ਦੇ ਅਸੈਂਬਲੀ ਚੁਣਾਈ ਲਈ ਮੈਦਾਨ ਕੱਲ ਪੂਰੀ ਰਮਾਨਦਾਰੀ ਕੰਨੇ ਸੰਪੰਨ ਹੋਆ ਪ੍ਰਦੇਸ਼ ਇਚ ਪਿਛਲੇ 35 ਬਰੇ ਦੌਰਾਨ ਉਹਦਾ ਇਹ ਸਭ ਨੇ ਸ਼ਾਮਲਾ ਮੱਤਾ ਮਦਦਾਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਔਰ ਜੰਮੂ ਕਸ਼ਮੀਰ ਚ ਅਸੈਂਬਲੀ ਚੁਣਾਈ ਲਈ ਪ੍ਰਚਾਰ ਕੀਤੇ ਅੱਜ ਸ਼੍ਰੀਨਗਰ ਤੇ ਫੀਕਟਰਾ ਚ ਜਨਾਬੀ ਰੈਲੀ ਕਰਨਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਮੱਧ ਪ੍ਰਦੇਸ਼ ਦੇ ਆਪਣੇ ਦੌਰੇ ਦੇ ਦੂਏ ਤਿਆੜੇ ਅੱਜ ਉਜੈਨ ਪੁੱਜਗਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਥ ਰੈਡੀ ਔਰੇ ਪਲਿਆਂ ਲੋਕੇ ਲੋਕੇ ਤੇ ਦਰਮਿਆਨੇ ਦਰਜੇ ਦੇ ਉਦਮੇ ਸਰਵੰਦੀ ਨਵੀਂ ਐਮ ਐਸ ਐਮਈ ਨੀਤੀ 2024 ਕੀ ਸ਼ੁਰੂ ਕਰਵਾਇਆ ਤੇ ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਿੰਗ ਦੀ ਸ਼੍ਰੇਨਿਖਲਾ ਦਾ ਪਹਿਲਾ ਮੈਚ ਅੱਜ ਥਮਾ ਚੇਨਈ ਚ ਸ਼ੁਰੂ ਹੋਊਗਾ ਇਹਦੇ ਕੰਨੇ ਕੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋ ਆ